ਇਹ ਆਸਾਨ ਜਿਹਾ ਮਾਡਲ ਸਕਸ਼ਨ ਦੀ ਪ੍ਰੋਡਕਸ਼ਨ ਨੂੰ ਦਰਸਾਉਂਦਾ ਹੈ। ਇਸ ਲਈ ਤੁਹਾਨੂੰ 3 ਅੱਧੇ ਲੀਟਰ ਦੀਆਂ ਬੋਤਲਾਂ, 2 ਛੋਟੀਆਂ ਪਲਾਸਟਿਕ ਦੀਆਂ ਟਿਊਬਸ ਚਾਹੀਦੀਆਂ ਹਨ। ਹੁਣ 3 ਪਲਾਸਟਿਕ ਬੋਤਲਾਂ ਵਿੱਚ ਦਿਖਾਏ ਅਨੁਸਾਰ ਗਲੀ ਕਰੋ। ਹੁਣ ਪਲਾਸਟਿਕ ਟਿਊਬ ਨਾਲ ਸੱਜੀ ਬੋਤਲ ਅਤੇ ਖੱਬੀ ਬੋਤਲ ਨੂੰ ਦਿਖਾਏ ਅਨੁਸਾਰ ਜੋੜੋ ਅਤੇ ਇੱਕ ਟਿਊਬ ਨੂੰ ਇੱਕ ਬੋਤਲ ਦੇ ਢੱਕਣ ਅਤੇ ਦੂਜੇ ਸੱਜੀ ਬੋਤਲ ਦੇ ਤੱਲੇ 'ਤੇ। ਹੁਣ ਗਲੀਆਂ ਦੇ ਗੂੰਦ ਲਗਾ ਕੇ ਜੋੜ ਲਓ ਤਾਂ ਕਿ ਹਵਾ ਦੀ ਕੋਈ ਲੀਕੇਜ ਨਾ ਹੋਵੇ। ਹੁਣ ਇਹ 3 ਬੋਤਲਾਂ ਦੀ ਅਸੈਂਬਲੀ ਹੈ। ਹੁਣ ਰੰਗਦਾਰ ਪਾਣੀ ਨੂੰ ਖੱਬੀ ਬੋਤਲ ਵਿੱਚ ਪਾਓ ਅਤੇ ਉਹ ਟਿਊਬ ਰਾਹੀਂ ਵਿਚਕਾਰਲੀ ਬੋਤਲ ਵਿੱਚ ਆ ਜਾਏਗਾ ਅਤੇ ਕੁਝ ਸਮੇਂ ਬਾਅਦ ਦੋਨੋਂ ਬੋਤਲਾਂ ਵਿੱਚ ਪਾਣੀ ਦਾ ਲੈਵਲ ਬਰਾਬਰ ਹੋਵੇਗਾ। ਹੁਣ ਮੋਮਬੱਤੀ ਨੂੰ ਜਗਾਓ। ਹੁਣ ਸੱਜੀ ਬੋਤਲ ਨੂੰ ਜਾਂ ਸੱਜੇ ਪਾਸੇ ਵਾਲੀ ਬੋਤਲ ਨੂੰ ਮੋਮਬੱਤੀ ਉੱਤੇ ਕੱਸ ਕੇ ਫੜੋ। ਥੋੜ੍ਹੀ ਦੇਰ ਬਾਅਦ ਮੋਮਬੱਤੀ ਸਾਰੀ ਆਕਸੀਜਨ ਲੈ ਲਵੇਗੀ ਅਤੇ ਵਿਚਕਾਰਲੀ ਬੋਤਲ ਵਿੱਚ ਪਾਣੀ ਵੱਧ ਜਾਏਗਾ। ਜਦ ਤੁਸੀਂ ਬੋਤਲ ਨੂੰ ਮੋਮਬੱਤੀ ਉੱਤੇ ਚੁੱਕੋਗੇ, ਪਾਣੀ ਦਾ ਲੈਵਲ ਦੁਬਾਰਾ ਬਰਾਬਰ ਹੋ ਜਾਵੇਗਾ।